C5 चैनल नूं प्यार करन वाले साडे सत्कारयोग दर्शकों का बहुत बहुत स्वागत। साडी बुलेट टू बुलेट टीम अज शाम तक दीआं चोणवीआं खबरां लैके तुहाडी खिदमत दे विच हाजर है। सरदार रतिंदरपाल सिंह जी साडे नाल जुड़ चुके ने, आओ इन्हां चोणवीआं खबरां ते उन्हां तों तबसरा लैंदे होए पहलां गुरु फतेह बुलाउंदे हां। वाहिगुरू जी का खालसा, वाहिगुरू जी की फतेह। खालसा, वाहिगुरू जी की फतेह। सरदार प्रदीप सिंह जी ते समूह दर्शकां नूं। रतिंदरपाल सिंह जी, GST कौंसल दी मीटिंग हुई सी, कल भी तुसीं इहदे ते चर्चा कीती सी, पर अजे भी उहदे ते जिहड़ी चर्चा हो रही, जिहड़ा विवाद उठ गया जी, उत्थे जिहड़ी बहस होई उह बड़ी भख गई है जी। जिहड़ियां गैर भाजपाई वित्त मंत्री उत्थे सीगे, उहनां ने इक तरां दे उह समझ लो कि अंदरों डर गए है जी। उहनां ने उत्थे उहनां इस नूं टैक्स अतवाद दा नां दित्ता मीटिंग दे विच, ते जिहड़े जिहड़े सीगे उत्थे मैं तुहानूं दस दिंदा, पंजाब, दिल्ली, हिमाचल प्रदेश, पछमी बंगाल, तमिलनाडु, कर्नाटक, छत्तीसगढ़, तेलंगाना, राजस्थान, ये सारे गैर भाजपाई कांग्रेस अपना जी वित्त मंत्रियां ने। और उस जिहड़ा सब तो ज़्यादा डर उभर के आया वो ये सीगा कि इनफोर्समेंट डायरैक्टोरेट नूं ED नूं GST नैटवर्किंग दे नाल जोड़िया जा रहा। असल च ये सानूं दसो ਇਹਦਾ ਕੀ ਪ੍ਰਭਾਵ ਪਏਗਾ ਆਉਣ ਵਾਲੇ ਭਵਿੱਖ ਤੇ, ਇਹ ਇੰਨਾ ਡਰ ਕਿਉਂ ਗਏ ਆ ਜੀ? ਪਹਿਲੀ ਗੱਲ ਤਾਂ ਜੀ, ਅਸੀਂ ਪਿਛਲੇ ਐਪੀਸੋਡ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜਾ GST ਹੈ ਇਹਨੂੰ ਕੇਂਦਰ ਸਰਕਾਰ ਨੇ ਗੈਰ ਭਾਜਪਾਈ ਜਾਂ ਜਿੱਥੇ ਓਪੋਜੀਸ਼ਨ ਸਰਕਾਰ ਹੋਏ ਉਹਦੇ ਖਿਲਾਫ ਇੱਕ ਕੇਂਦਰ ਦਾ ਅੱਤਵਾਦੀ ਹਥਿਆਰ ਬਣਾ ਲਿਆ। ਵਾਕਈ ਗੱਲ ਬਿਲਕੁਲ ਠੀਕ ਹੈ, ਕੇਂਦਰ ਦੇ ਹਾਥੀ ਚ GST ਟੈਕਸ ਅੱਤਵਾਦੀ ਮਿਜ਼ਾਈਲ ਹੈ ਜਿਹੜੀ ਕਿਸੇ ਵੀ ਸਟੇਟ ਨੂੰ ਤਬਾਹ ਕਰ ਸਕਦੀ ਹੈ। ਜਦ ਕੇਂਦਰ ਇਹਨਾਂ ਦਾ ਪੈਸਾ ਹੀ ਨਹੀਂ ਰਿਲੀਜ਼ ਕਰਦਾ ਤੇ ਉਹਨਾਂ ਦੀ ਆਰਥਿਕਤਾ ਤੇ ਤਬਾਹ ਹੋਏਗੀ। ਪਰ ਇਸੇ ਦੇ ਨਾਲ ਨਾਲ ਕੇਂਦਰ ਨੇ ਹੁਣ ਦੇਖੋ, ਪਹਿਲੇ ਸਟੈਪ ਵਿੱਚ ਇਹਨਾਂ ਸਟੇਟਾਂ ਦੀ GST ਦੀ ਜਿਹੜੀ ਬਣਦਾ ਸੀ ਹਿੱਸਾ ਉਹ ਰੋਕਿਆ, ਹੋਰ ਵੀ ਇਹਨਾਂ ਸਟੇਟਾਂ ਦੀ ਜਾਂ ਟੈਕਸ ਦੀ ਜਿਹੜੀ ਸੈਂਟਰ ਤੋਂ ਏਡ ਆਉਂਦੀ ਸੀ ਉਹ ਵੀ ਰੋਕੀ ਗਈ, ਬਾਨੇ ਕਈ ਘੜੇ ਗਏ ਨੇ। ਪਰ ਹੁਣ ਜਿਸ ਵੇਲੇ GST ਨੂੰ ED ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੋੜ ਦੇਣਾ, ਉਹਦਾ ਮਤਲਬ ਬੜਾ ਵੱਡਾ ਨਿਕਲਦਾ ਜੀ। ਉਹਦਾ ਮਤਲਬ ਹੁਣ ਕੇਵਲ ਗੌਰਮੈਂਟ ਨੂੰ ਨਹੀਂ ਸਮਝਣਾ ਪੈਣਾ ਜਾਂ ਰਾਜ ਸਰਕਾਰਾਂ ਨੂੰ ਜਾਂ ਸਿਆਸਤਦਾਨਾਂ ਨੂੰ ਹੀ ਨਹੀਂ ਸਮਝਣਾ ਪੈਣਾ, ਉਹਦਾ ਮਤਲਬ ਹੁਣ ਵਪਾਰੀਆਂ, ਉਦਯੋਗਪਤੀਆਂ, ਪਰਚੂਨ ਵਪਾਰੀਆਂ, ਥੋਕ ਵਪਾਰੀਆਂ, ਈਵਨ ਇੱਥੋਂ ਤੱਕ ਕਿ ਜਿਨ੍ਹਾਂ ਨੇ ਵੀ GST ਨੰਬਰ ਲਏ ਹੋਏ ਨੇ, ਛੋਟੇ ਮੋਟੇ ਵਪਾਰੀਆਂ, ਉਹਨਾਂ ਸਾਰਿਆਂ ਨੂੰ ਹੀ ਸਮਝਣਾ ਪੈਣਾ ਕਿ ED ਦਾ GST ਨਾਲ ਜੁੜਨ ਤੋਂ ਬਾਅਦ ਕੀ ਪ੍ਰਭਾਵ ਪਏਗਾ। ਸ਼ਾਇਦ ਸਾਡਾ ਪਹਿਲਾ ਚੈਨਲ ਹੈਗਾ ਜਿਹੜਾ ਇਸ ਇਸ਼ੂ 'ਤੇ ਸਵਾਲ ਕਰ ਰਿਹਾ ਅਤੇ ਉਸਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ C5 ਚੈਨਲ। ਹਾਲੇ ਤੱਕ ਆਲ ਇੰਡੀਆ ਲੈਵਲ ਤੇ ਇਸ ਚੀਜ਼ ਤੇ ਕੋਈ ਵੀ ਪ੍ਰੋਗਰਾਮ ਨਹੀਂ ਚੱਲਿਆ, ਕੋਈ ਵੀ ਡਿਬੇਟ ਨਹੀਂ ਚੱਲੀ। ਜੀ, ਮੈਂ ਉਹਨਾਂ ਵਾਲੀ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ। ED ਕੰਮ ਕਰਦੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਕੰਮ ਕਰਦਾ ਹੈ ਮੁਜਰਮਾਨਾਂ ਦੇ ਖਿਲਾਫ, ਆਪਣਾ ਬਲੈਕਮੇਲਰਾਂ ਦੇ ਖਿਲਾਫ ਵੀ, ਧਨ ਦੇ ਗਲਤ ਇਸਤੇਮਾਲ ਦੇ ਖਿਲਾਫ ਵੀ, ਕਰਪਸ਼ਨ ਵਾਲਿਆਂ ਦੇ ਖਿਲਾਫ ਵੀ, ਇਹਨਾਂ ਸਾਰਿਆਂ ਦੇ ਆ ਜਿਹੜੇ ਵੀ ਆਪਣਾ ਅਨਡਿਕਲੇਅਰਡ ਧਨ ਇਕੱਠਾ ਕਰਦੇ ਨੇ ਉਹਨਾਂ ਦੇ ਖਿਲਾਫ ਵੀ। ਪਰ ਤੁਸੀਂ ਦੇਖੋ, ED ਜਿਹੜੇ 30-35 ਘਰਾਣੇ ਵਿਦੇਸ਼ਾਂ 'ਚ ਫੁਰ ਹੋ ਗਏ ਅਰਬਾਂ ਰੁਪਈਆ ਲੈ ਕੇ ਦੇਸ਼ ਦਾ, ਉਹਨਾਂ ਦੇ ਖਿਲਾਫ ਤਾਂ ਕਦੇ ਭਾਜਪਾ ਨੇ ਅਤੇ RSS ਨੇ ਅਤੇ ਮੋਦੀ ਸਾਹਿਬ ਨੇ ED ਭੇਜਿਆ ਨਹੀਂ। ਈਵਨ ਅੰਦਰ ਖਾਤੇ ਆ ਕਰ ਦਿੱਤਾ ਗਿਆ, ਮੈਂ ਆਰਥਿਕਤਾ ਦੀ ਹੁਣ ਗੱਲ ਗੰਭੀਰਤਾ ਨਾਲ ਕਰਨ ਲੱਗਾ, ਅੰਦਰ ਖਾਤੇ ਆ ਕਹਿ ਦਿੱਤਾ ਗਿਆ ਰਿਜ਼ਰਵ ਬੈਂਕ ਵੱਲੋਂ ਕਿ ਜਿਹੜੇ ਘਰਾਣੇ ਪੈਸਾ ਲੈ ਕੇ ਵਿਦੇਸ਼ਾਂ 'ਚ ਭੱਜ ਗਏ ਸੀ, ਬੈਂਕਾਂ ਉਹਨਾਂ ਘਰਾਣਿਆਂ ਨੂੰ ਬਲੈਕ ਲਿਸਟ 'ਚੋਂ ਕੱਢਣ ਅਤੇ ਉਹਨਾਂ ਨੂੰ ਦੁਬਾਰਾ ਲੋਨ ਦੇ ਦੇਣ। ਇਹਦੀ ਚਰਚਾ ਅੱਜ ਤੱਕ ਕਿਸੇ ਨੇ ਨਹੀਂ ਜੇ ਕੀਤੀ। RBI ਇਸ ਪਾਸੇ ਕੰਮ ਕਰਨਾ ਸ਼ੁਰੂ ਕਰ ਗਿਆ, ਕਿੰਨਾ ਵੱਡਾ ਗੁਨਾਹ ਹੈਗਾ ਭਾਰਤ ਨਾਲ। ਕਿਉਂ ਇਸ ਵੇਲੇ ਕੰਮ ਸ਼ੁਰੂ ਕੀਤਾ ਗਿਆ? ਕਿਉਂਕਿ 24 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਫਿਰ ਮੋਟੀਆਂ ਰਕਮਾਂ
ਇਕੱਠੀਆਂ ਕਰਨੀਆਂ ਨੇ ਸਿਆਸਤਦਾਨਾਂ ਨੇ ਤੇ ਈਡੀ ਨੂੰ ਜੀਐਸਟੀ ਨਾਲ ਇਸੇ ਸੰਬੰਧ ਵਿੱਚ ਜੋੜਿਆ ਜਾ ਰਿਹਾ ਕਿ ਜਿਹੜਾ ਵੀ ਵਪਾਰੀ ਸੱਤਾਧਾਰੀ ਪਾਰਟੀ ਨੂੰ ਜਾਂ ਜਿਹਨਾਂ ਨੂੰ ਉਹ ਕਹਿ ਰਿਹਾ ਕਿ ਬਈ ਤੁਸੀਂ ਦਾਨ ਦਿਓ ਜਾਂ ਡੋਨੇਸ਼ਨ ਦਿਓ ਜਾਂ ਪੈਸਾ ਦਿਓ ਜਾਂ ਇੱਥੇ ਹੈਲਪ ਦਿਓ, ਜਿਹੜਾ ਘਰਾਣਾ ਜਿਹੜਾ ਵਪਾਰੀ ਜਿਹੜਾ ਵੀ ਆਪਣਾ ਉਦਯੋਗਪਤੀ ਜਾਂ ਧਨਾੜ ਆਦਮੀ ਸੱਤਾਰੂੜ ਪਾਰਟੀ ਨੂੰ ਪੈਸੇ ਨਹੀਂ ਦਿੰਦਾ, ਜੀਐਸਟੀ ਨੂੰ ਈਡੀ ਨਾਲ ਜੋੜ ਕੇ ਉਹਦੇ ਘਰ ਈਡੀ ਭੇਜ ਦਿਓ, ਇਹ ਅੱਤਵਾਦ ਹੈ। ਈਡੀ ਦਾ ਵੀ ਅੱਤਵਾਦ ਹੈ, ਜਿੱਥੇ ਆਰਥਿਕਤਾ ਅੱਤਵਾਦ ਜੀਐਸਟੀ ਨੂੰ ਲਿਆ ਗਿਆ ਉਵੇਂ ਈਡੀ ਵੀ ਅੱਤਵਾਦ ਬਣ ਗਈ ਹੈ, ਭਾਰਤ ਸਰਕਾਰ ਦੇ ਹੱਥ ਵਿੱਚ ਅੱਤਵਾਦੀ ਮਿਜ਼ਾਈਲ ਬਣ ਗਈ ਹੈ। ਉਹਦਾ ਹੈਗਾ ਕਿ ਫਿਰ ਉਹਨਾਂ ਦੇ ਘਰ ਈਡੀ ਭੇਜ ਦਿਓ ਅਤੇ ਕਹੋ ਵੀ ਜਾਂ ਤਾਂ ਉੱਧਰ ਇੰਨੀ ਰਕਮ ਭੇਜ ਦਿਓ ਨਹੀਂ ਤਾਂ ਫਿਰ ਅਸੀਂ ਆ ਰਹੇ ਹਾਂ। ਇਸ ਢੰਗ ਨਾਲ ਸ਼ੱਕ ਪੈਂਦਾ ਕਿ ਭਾਰਤ ਵਿੱਚ ਜੇ ਜੀਐਸਟੀ ਨਾਲ ਈਡੀ ਨੂੰ ਜੋੜਿਆ ਜਾਏਗਾ ਤਾਂ ਉਸਦਾ ਇਹ ਗਲਤ ਇਸਤੇਮਾਲ ਕੀਤਾ ਜਾਵੇਗਾ। ਇਹ ਕਿਉਂ ਸ਼ੱਕ ਪੈਂਦਾ? ਕਿਉਂਕਿ ਜਿਹੜੇ 30 ਘਰਾਣੇ ਗੁਜਰਾਤੀ ਮੈਜੋਰਟੀ 'ਚ ਖਰਬਾਂ ਰੁਪਈਏ ਦੇਸ਼ ਦਾ ਲੈ ਕੇ ਭੱਜ ਗਏ, ਉਹਨਾਂ ਦੇ ਖਿਲਾਫ ਹੁਣ ਰਿਜ਼ਰਵ ਬੈਂਕ ਨੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਫਿਰ ਲੋਨ ਦੁਬਾਰਾ ਦੇਣ ਵਾਸਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਇਸ ਕਰਕੇ ਸਾਰੀ ਜਿਹੜੀ ਚੱਕਰੀ ਘੁਮਾਈ ਜਾ ਰਹੀ ਹੈ ਆਰਥਿਕਤਾ ਦੀ, ਮੈਲਾਫਾਈਡ ਇੰਟੈਂਸ਼ਨ ਨਾਲ ਘੁਮਾਈ ਜਾ ਰਹੀ ਹੈ। ਈਡੀਏ ਦੇ ਵਿੱਚ ਮੈਲਾਫਾਈਡ ਇੰਟੈਂਸ਼ਨ ਨਾਲ ਜੋੜਿਆ ਜਾ ਰਿਹਾ, ਜਿਸ ਕਰਕੇ ਇਹ ਸ਼ੱਕ ਆਪਣੀ ਬੁਨਿਆਦ ਦੇ ਤੌਰ 'ਤੇ ਕਿੱਲਾ ਗੱਡ ਕੇ ਆਰਥਿਕਤਾ ਦੇ ਹਿੱਕੀ 'ਚ ਖੜਾ ਹੋ ਗਿਆ ਕਿ ਭਾਰਤ ਸਰਕਾਰ ਜਾਂ ਕੋਈ ਵੀ ਸੱਤਾਰੂੜ ਪਾਰਟੀ ਈਡੀ ਦਾ ਅਤੇ ਜੀਐਸਟੀ ਦਾ ਸੁਮੇਲ ਕਰਕੇ ਪੈਸੇ ਉਗਰਾਉਣ ਵਾਸਤੇ ਕੰਮ ਕਰਵਾ ਸਕਦੀ ਹੈ। ਜੀਐਸਟੀ ਸੈਂਟਰ ਗੌਰਮੈਂਟ ਦੇ ਅੰਦਰ ਆਉਂਦਾ ਮਹਿਕਮਾ ਜੀ, ਔਰ ਕਿਉਂਕਿ ਜਦੋਂ ਪੈਸੇ ਇਸ ਤਰ੍ਹਾਂ ਪੋਲੀਟੀਕਲ ਫੰਡ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ, ਪੋਲੀਟੀਕਲ ਫੰਡ ਲੈਣ ਲਈ ਜਾਂ ਹੋਰ ਕਿਸੇ ਤਰੀਕੇ ਨਾਲ ਦਬਾਅ ਪਾਉਣ ਲਈ ਉਹ ਜੇ ਜਾਂਦਾ ਤਾਂ ਇਹ ਦਬਾਅ ਵੀ ਫਿਰ ਸੈਂਟਰ ਦੇ ਵਿੱਚ ਜਿਹੜੀ ਹੁਕਮਰਾਨ ਧਿਰ ਹੈ ਉਹ ਹੀ ਇਹ ਸਾਰੇ ਕੰਮ ਕਰ ਸਕਦੀ ਹੈ, ਲਾਭ ਲੈ ਸਕਦੇ। ਇਹ ਜਿਹੜੀਆਂ ਜਿਹੜੇ ਸਟੇਟਾਂ ਦੇ ਵਿੱਤ ਮੰਤਰੀ ਡਰੇ ਆ ਜਿਨ੍ਹਾਂ ਨੇ ਇਸ ਗੱਲ ਨੂੰ ਟੈਕਸ ਅੱਤਵਾਦ ਕਿਹਾ ਆ, ਉਹਨਾਂ ਦਾ ਫਿਰ ਡਰਨਾ ਬਿਲਕੁਲ ਜਾਇਜ਼ ਆ ਜੀ ਕਿ ਉਹ ਤਾਂ ਵਿੱਚ ਪਸੀਜੇ ਜਾਣਗੇ। ਦੇਖੋ ਸਟੇਟ ਰਾਜ ਸਰਕਾਰ ਦੇ ਤੌਰ 'ਤੇ ਉਹ ਵਿੱਚ ਪੀਸੇ ਹੀ ਗਏ, ਪਰ ਮੈਂ ਹੁਣ ਰਾਜ ਸਰਕਾਰ ਤੋਂ ਵੀ ਉੱਪਰਲੀ ਗੱਲ ਦੀ ਡਿਬੇਟ ਤੁਹਾਡੇ ਨਾਲ ਆਰੰਭ ਕੀਤੀ ਹੈ। ਇਹ ਭਾਰਤ ਵਿੱਚ ਡਿਬੇਟ ਚੱਲਣੀ ਚਾਹੀਦੀ ਹੈ ਕਿ ਜੀਐਸਟੀ ਨਾਲ ਈਡੀ ਮਿਲਣ ਤੋਂ ਬਾਅਦ ਸਿੱਧਾ ਛੋਟੇ ਪੇਂਡੂ ਵਪਾਰੀ ਜਿਹੜੇ ਨੇ ਜੀਐਸਟੀ ਦਾ 3 ਨੰਬਰ ਲੈ ਲਿਆ, ਉਸ ਤੋਂ ਲੈ ਕੇ ਵੱਡੇ ਅਰਬਾਂਪਤੀ ਘਰਾਣਿਆਂ ਤੱਕ, ਕਾਰਪੋਰੇਟ ਘਰਾਣਿਆਂ ਤੱਕ ਈਡੀ ਦੀ ਮਿਜ਼ਾਈਲ ਚਲਾ ਕੇ ਸੱਤਾਰੂੜ ਪਾਰਟੀ ਆਪਣੇ ਇਲੈਕਸ਼ਨ ਫੰਡ ਲੈ ਸਕਦੀ ਹੈ ਅਤੇ ਜਬਰਨ ਉਹ ਲੈ ਸਕਦੀ ਹੈ, ਮਨ ਚਾਹੇ ਲੈ ਸਕਦੀ। ਇਹ ਤਾਂ ਚਲੋ ਅਸੀਂ ਸਟੇਟ ਦੇ ਵਿੱਤ ਮੰਤਰੀਆਂ ਦੀ ਗੱਲ ਕੀਤੀ ਹੈ, ਵੱਖ ਵੱਖ ਸਟੇਟਾਂ ਦੇ ਉਹਨਾਂ ਨੇ ਜਿਹੜਾ ਆਪਣਾ ਆਲੋਚਨਾ ਕੀਤੀ, ਨਿਖੇਧੀ ਕੀਤੀ। ਇੱਕ ਸੁਪਰੀਮ ਕੋਰਟ ਦਾ ਫੈਸਲਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਆਪਣਾ ਜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸੰਜੇ ਮਿਸ਼ਰਾ ਦੀ ਜਿਹੜੀ ਤੀਜੀ ਵਾਰ ਉਹਦੇ ਸੇਵਾ ਕਾਲ ਦੇ ਵਿੱਚ ਤੀਜੀ ਵਾਰੀ ਵਾਧਾ ਕੀਤਾ ਸੀ, ਸੁਪਰੀਮ ਕੋਰਟ ਨੇ ਉਹਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ, ਇਸ ਦਾ ਫਿਰ ਮੋਦੀ ਸਰਕਾਰ 'ਤੇ ਕੀ ਅਸਰ ਪਏਗਾ? ਦੇਖੋ ਜੀ, ਇਹ ਹਿੰਦੁੱਤਵਾ ਦੀ ਸਰਕਾਰ ਹੈਗੀ ਹੈ, ਕਿਸੇ ਅਸਰ ਨੂੰ ਕਬੂਲਦੀ ਹੀ ਨਹੀਂ, ਫਿਰ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਕੇ ਇਹਨਾਂ ਦਾ ਇੱਕੋ ਇੱਕ ਏਜੰਡਾ, ਸੰਵਿਧਾਨ ਨੂੰ ਛੇੜੋ ਨਾ, ਕਾਨੂੰਨ ਇਸ ਢੰਗ ਨਾਲ ਛੇੜਛਾੜ ਕਰ ਲਓ ਕਿ ਹਿੰਦੁੱਤਵਾ ਰਾਸ਼ਟਰ ਆ ਜਾਏ। ਅਤੇ ਜਿਹੜੀ ਹੈ ਤੀਜੀ ਵਾਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਐਕਸਟੈਂਸ਼ਨ ਦਿੱਤੀ ਗਈ ਸੀ, ਇਹ ਇਲੀਗਲ ਹੀ ਸੀ। IAS IPS ਅਧਿਕਾਰੀਆਂ ਨੂੰ ਨਹੀਂ ਮਿਲਦੀ, ਇਸ ਪੱਧਰ 'ਤੇ ਵੀ ਨਹੀਂ ਮਿਲਦੀ। ਆਪਣੇ ਆਪ ਵਿੱਚ ਹੀ ਪਹਿਲਾਂ ਹੀ ਇਸ ਨੂੰ ਮੰਨਿਆ ਗਿਆ ਸੀ ਆਮ ਲੋਕਾਂ ਵੱਲੋਂ, ਬੁੱਧੀਜੀਵੀਆਂ ਵੱਲੋਂ, ਕਿ ਬਈ ਇਹ ਭ੍ਰਿਸ਼ਟਾਚਾਰੀ ਅਮਲ ਆ ਅਤੇ ਇਸ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਗਲਤ ਇਸਤੇਮਾਲ ਹੋਏਗਾ, ਮਨਚਾਹਾ ਇਸਤੇਮਾਲ ਹੋਏਗਾ। ਉਹ ਲੋਕਾਂ ਨੇ ਦੇਖ ਲਿਆ ਕਿ ਹੋ ਰਿਹਾ। ਹੁਣ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਅਤੇ ਉਹ ਲੋਕਾਂ ਦੇ ਜਿਹੜੇ ਖਦਸ਼ੇ ਸੀ ਉਹਨਾਂ ਨੂੰ ਸੁਪਰੀਮ ਕੋਰਟ ਨੇ ਸਹੀ ਕਰਾਰ ਦੇ ਦਿੱਤਾ। ਇਸੇ ਦੇ ਨਾਲ ਨਾਲ ਜਿਹੜਾ ਹੁਣ
ਗੱਲ ਕਰ ਚੱਲ ਰਹੀ ਹੈ GST ਦੀ ਮੀਟਿੰਗ ਦੀ ਵਿੱਚ ਵੀ ਕਿ ਜਿਹੜਾ GST ਨਾਲ ED ਨੂੰ ਜੋੜਨਾ ਉਹ ਵੀ ਇਸੇ ਪਾਸੇ ਇਸ਼ਾਰਾ ਕਰਦਾ ਹੈ। ਮੈਂ ਤਾਂ ਕਹਿ ਰਿਹਾ ਕਿ ਇੱਕ ਤਾਂ GST ਨੂੰ ਮਿਜ਼ਾਈਲ ਬਣਾਇਆ ਗਿਆ ਅੱਤਵਾਦੀ, ਦੂਸਰਾ GST ਨਾਲ ED ਨੂੰ ਜੋੜ ਕੇ ਫਿਰ ਮਿਜ਼ਾਈਲ ਦੋਹਰੀ ਮਿਜ਼ਾਈਲ ਬਣਾ ਲਿਆ ਗਿਆ ਅੱਤਵਾਦੀ। ਇਹ ਕੇਂਦਰ ਸਰਕਾਰ ਦੀ ਸੱਤਾਰੂੜ ਪਾਰਟੀ ਵੱਲੋਂ ਹਿੰਦੁੱਤਵਾਦ ਲਈ ਕੰਮ ਕਰਨ ਦੀਆਂ ਦੋਹਰੀਆਂ ਮਿਜ਼ਾਈਲਾਂ ਦੇ ਤੌਰ 'ਤੇ, ਪਰ ਉਹ ਵੀ ਗੈਰ ਵਿਧਾਨਕ ਅਤੇ ਅੱਤਵਾਦੀ ਮਿਜ਼ਾਈਲਾਂ ਦੇ ਤੌਰ 'ਤੇ ਸੰਦ ਦੇ ਰੂਪ ਵਿੱਚ ਇਹਨਾਂ ਦੇ ਹੱਥ 'ਚ ਲੈ ਚੁੱਕੇ ਨੇ, ਜਿਸ ਦੀ ਪੂਰੇ ਭਾਰਤ ਨੂੰ ਵਿਰੋਧਤਾ ਕਰਨੀ ਚਾਹੀਦੀ। ਸਰਵਉੱਚ ਅਦਾਲਤ, ਸੁਪਰੀਮ ਕੋਰਟ, ਇਹਨਾਂ ਦੇ ਫੈਸਲੇ ਅਕਸਰ ਹੀ ਬੜੇ ਬਹੁਤ ਜ਼ਿਆਦਾ ਇੰਨੇ ਕਈ ਵਾਰੀ ਪੁਖਤਾ ਹੁੰਦੇ ਨੇ ਕਿ ਉਸ ਤੋਂ ਲੱਗਦਾ ਜੀ ਕਿ ਹੁਣ ਇਹਦੇ ਅੱਗੇ ਕੋਈ ਵੀ ਲਚਕਦਾਰ ਪਾਰਟੀ ਟਿਕ ਨਹੀਂ ਸਕੇਗੀ। ਪਰ ਮੈਂ ਜਿਹੜੀ ਗੱਲ ਤੁਹਾਡੇ ਅੱਗੇ ਲੈ ਕੇ ਆ ਰਿਹਾ, ਸੰਜੇ ਮਿਸ਼ਰਾ ਲਖੀਮਪੁਰ ਖੀਰੀ ਕਾਂਡ ਵਾਲਾ, ਜਿਹਨੇ 8 ਬੰਦੇ ਆਪਣੀ ਟੈਕਸੀ ਹੇਠਾਂ ਗੱਡੀ ਹੇਠਾਂ ਦੇ ਕੇ ਮਾਰਤੇ, ਉਹਨੂੰ ਫਿਰ ਅੰਤਰਿਮ ਜ਼ਮਾਨਤ ਦੀ ਵਧਾ ਦਿੱਤੀ ਜੀ। ਸਤੰਬਰ ਤੱਕ ਗਾਂਹ ਲੈ ਗਏ, 26 ਸਤੰਬਰ ਤੱਕ ਭੇਜਤੀ। ਕਈ ਵਾਰੀ ਸੁਪਰੀਮ ਕੋਰਟ ਲੱਗਦਾ ਕਿ ਆਪਣੇ ਫੈਸਲਿਆਂ 'ਚ ਬੜੀ ਸਖ਼ਤ ਹੈ, ਪਰ ਇੱਥੇ ਜਾ ਕੇ ਕਿਉਂ ਨਰਮ ਪੈ ਜਾਂਦੀ? ਕੀ ਕੋਈ ਖਾਸ ਇਹ ਧਿਰ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ ਜੀ? ਦੇਖੋ, ਮੈਂ ਨਾ ਤਾਂ ਸੁਪਰੀਮ ਕੋਰਟ 'ਤੇ ਟਿੱਪਣੀ ਕਰਨਾ ਚਾਹੁੰਦਾ, ਅਦਾਲਤ 'ਤੇ ਆਪਾਂ ਟਿੱਪਣੀ ਨਹੀਂ ਕਰ ਸਕਦੇ, ਨਾ ਹਾਈ ਕੋਰਟ 'ਤੇ ਨਾ ਹੀ ਕਿਸੇ ਜ਼ਿਲ੍ਹਾ ਅਦਾਲਤ 'ਤੇ। ਮੇਰੀ ਟਿੱਪਣੀ ਹੈਗੀ ਹੈ ਭਾਰਤ ਦੇ ਨਿਆਂ ਸ਼ਾਸਤਰ 'ਤੇ। ਬੜੀ ਸਪਸ਼ਟ ਜੀ ਗੱਲ ਹੈ ਕਿ ਭਾਰਤ ਵਿੱਚ ਲੋਕਤੰਤਰ ਦੇ ਅਤੇ ਕਿਸੇ ਵੀ ਲੋਕਤੰਤਰਿਕ ਦੇਸ਼ ਦੇ 4 ਥੰਬ ਹੁੰਦੇ ਨੇ। ਬਿਲਕੁਲ। ਉਹਨਾਂ 4 ਥੰਮਾਂ ਵਿੱਚ ਕਾਰਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਅਤੇ ਨਾਲ ਹੀ ਬਿਊਰੋ ਆਪਣਾ ਮੀਡੀਆ, ਉਹਨਾਂ ਚਾਰੋਂ ਹੀ ਪੱਖ ਜਿਹੜੇ ਨੇ, ਜਿੱਥੇ ਸਿੱਖਾਂ ਪ੍ਰਤੀ ਨਿਆਂ ਦੇਣ ਦੀ ਗੱਲ ਆਉਂਦੀ ਹੈ, ਉੱਥੇ ਚਾਰੋਂ ਹੀ ਪੱਖ ਇਕੱਠੇ ਹੋ ਕੇ, ਇਕਮੁੱਠ ਹੋ ਕੇ ਸਿੱਖਾਂ ਨਾਲ ਅਨਿਆਕਾਰੀ ਹੋ ਜਾਂਦੇ ਨੇ। ਇਹ ਉਸੇ ਚੀਜ਼ ਦੀ ਐਗਜਾਮਪਲ ਹੈ, ਇਹ ਉਸੇ ਚੀਜ਼ ਨੂੰ ਪ੍ਰਮਾਣਿਤ ਕਰਨ ਵਾਲੀ ਗੱਲ ਹੈ। 75 ਸਾਲਾਂ ਵਿੱਚ ਜਿੱਥੇ ਜਿੱਥੇ ਵੀ ਸਿੱਖਾਂ ਨਾਲ ਨਿਆਂ ਕਰਨ ਦੀ ਗੱਲ ਆਈ ਹੈ, ਉੱਥੇ ਨਿਆਂਪਾਲਿਕਾ ਵੀ ਅਨਿਆਂ ਕਰਦੀ ਚਲੀ ਆ ਰਹੀ ਹੈ। ਸਿੱਖਾਂ ਨਾਲ ਨਿਆਂ ਦੇ ਸੰਦਰਭ ਵਿੱਚ ਕਾਨੂੰਨ ਦੀ ਪਰਿਭਾਸ਼ਾ ਵੀ ਬਦਲ ਜਾਂਦੀ ਹੈ, ਸੰਵਿਧਾਨ ਦੀ ਪਰਿਭਾਸ਼ਾ ਵੀ ਬਦਲ ਜਾਂਦੀ ਹੈ, ਕਾਰਜ ਪ੍ਰਣਾਲੀ ਦੀ ਪਰਿਭਾਸ਼ਾ ਵੀ ਬਦਲ ਜਾਂਦੀ ਹੈ, ਅਤੇ ਨਾਲ ਦੇ ਨਾਲ ਹੀ ਇਹ ਸਰਕਾਰਾਂ ਦੀ ਪਰਿਭਾਸ਼ਾ ਵੀ ਬਦਲ ਜਾਂਦੀ ਹੈ, ਅਤੇ ਮੀਡੀਆ ਤਾਂ ਉਹਨਾਂ ਦੇ ਹਿਸਾਬ ਨਾਲ ਵੈਸੇ ਹੀ ਪਲਟੀ ਮਾਰ ਜਾਂਦਾ ਜੀ। ਅਤੇ ਭਾਰਤ ਵਿੱਚ ਪਿਛਲੇ 75 ਸਾਲਾਂ ਤੋਂ ਇੱਕ ਅੱਧ ਉਦਾਹਰਣ ਸਿਰਫ ਇਸ ਮਿਸ਼ਰਾ ਦਾ ਹੀ ਉਦਾਹਰਣ ਨਹੀਂ ਹੈ, ਲਖੀਮਪੁਰ ਦਾ ਹੀ ਉਦਾਹਰਣ ਹੀ ਹੈ। ਲਖੀਮਪੁਰ ਦੇ ਜਿੰਨੇ ਵੀ ਆਈ ਵਿਟਨੈਸ ਸੀ ਸਾਰੇ ਇੱਕ ਇੱਕ ਕਰਕੇ ਮਾਰ ਦਿੱਤੇ ਗਏ, ਕਿਸੇ ਦੇ ਸੰਬੰਧ ਵਿੱਚ ਵੀ ਕੋਈ ਕੇਸ ਨਹੀਂ ਹੋਇਆ। 47 ਤੋਂ ਲੈ ਕੇ ਵਰਤਮਾਨ ਤੱਕ ਜੋ ਕੁਛ ਵੀ ਸਿੱਖਾਂ ਨਾਲ ਹੋਇਆ, ਸਮੂਹਕ ਤੌਰ 'ਤੇ ਜਿਹੜੀ ਸਿੱਖ ਦਾ ਬੀਚ ਨਾਸ ਕੀਤਾ ਗਿਆ, ਜਿਹੜਾ ਸਿੱਖ ਜੈਨੋਸਾਈਡ ਹੈ, ਨਰਸੰਹਾਰ ਹੈ, ਉਸ ਪ੍ਰਤੀ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ, ਅਤੇ ਸਿੱਖਾਂ ਤੋਂ ਇਨਸਾਫ ਖੋਹਣ ਵਾਸਤੇ ਹਮੇਸ਼ਾ ਹੀ ਕਾਨੂੰਨ ਦਾ ਇਸਤੇਮਾਲ ਕਰ ਲਿਆ ਜਾਂਦਾ, ਅਤੇ ਕਾਨੂੰਨ ਦੀ ਡੈਫੀਨੇਸ਼ਨ ਬਦਲ ਦਿੱਤੀ ਜਾਂਦੀ ਹੈ। ਇਹ ਵੀ ਉਸੇ ਢੰਗ ਦਾ ਹੀ ਇੱਕ ਪੱਖ ਹੈ। ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲੇ 'ਤੇ ਬੜੀ ਸਖਤੀ ਦਿਖਾਈ ਹੈ ਜੀ। ਉਹਨਾਂ ਨੇ ਕਿਹਾ ਜੀ, ਚੌਕਸੀ ਦੇ ਨਾਂ 'ਤੇ ਅਸੀਂ ਹਜ਼ੂਮੀ ਕਤਲਾਂ ਦੀ ਖੁੱਲ੍ਹ ਨਹੀਂ ਦੇ ਸਕਦੇ। ਉਹਨਾਂ ਨੇ ਸੂਬਿਆਂ ਨੂੰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਕਤਲਾਂ ਦੇ ਸੰਬੰਧ ਵਿੱਚ ਕਹਿੰਦੇ ਵੀ ਤੁਸੀਂ ਡਾਟਾ ਸਾਂਝਾ ਕਰਦੇ ਰਿਹਾ ਕਰੋ। ਆਖਿਰਕਾਰ ਸੁਪਰੀਮ ਕੋਰਟ ਨੂੰ ਇਹਨਾਂ ਗੰਭੀਰਤਾ ਨਾਲ ਇਸ ਹਜੂਮੀ ਕਤਲਾਂ ਨੂੰ ਲੈਣ ਦੀ ਕੀ ਲੋੜ ਪੈ ਗਈ? ਭਾਰਤ ਵਿੱਚ ਹਜੂਮੀ ਕਤਲ ਹਮੇਸ਼ਾ ਹੀ ਘੱਟ ਗਿਣਤੀ ਫਿਰਕਿਆਂ ਦੇ ਖਿਲਾਫ ਹੋਏ ਨੇ, ਬਹੁ ਗਿਣਤੀ ਵੱਲੋਂ, ਔਰ ਉਸ ਵਿੱਚ ਇੱਕ ਹੋਰ ਤ੍ਰਾਸਦੀ ਹੈ ਕਿ ਬਹੁ ਗਿਣਤੀ ਦਾ ਜਿਹੜਾ ਪਿੱਛੇ ਦਿਮਾਗ ਹੁੰਦਾ, ਚਾਣਕਿਆਵਾਦੀ, ਮਨੂਵਾਦੀ, ਉਹ ਹਮੇਸ਼ਾ ਹੀ ਹਜੂਮੀ ਕਤਲ SC ST ਤੋਂ ਕਰਵਾਉਂਦਾ, ਆ ਪਿੱਛੇ ਰਹਿੰਦਾ, ਉਹਨਾਂ ਦੀ ਪਿੱਠ 'ਤੇ ਬਹਿ ਜਾਂਦਾ। ਇਹ ਵੀ ਇੱਕ ਤ੍ਰਾਸਦੀ ਰਹੀ ਹੈ ਭਾਰਤ ਵਿੱਚ। ਭਾਰਤ ਵਿੱਚ ਹਜੂਮੀ ਕਤਲ ਜ਼ਿਆਦਾਤਰ ਮੁਸਲਮਾਨਾਂ ਦੇ, ਅਤੇ ਉਸ ਤੋਂ ਘੱਟ ਜੇ ਦੂਸਰੇ ਨੰਬਰ 'ਤੇ ਹੋਏ ਨੇ ਉਹ ਸਿੱਖਾਂ ਦੇ ਹੋਏ ਨੇ, ਤੀਸਰੇ ਨੰਬਰ 'ਤੇ ਈਸਾਈਆਂ ਦੇ ਹੋਏ ਨੇ।
एक डेटा इन्हों का कोई भी डेटा किसी भी राज सरकार ने कदे भी तैयार नहीं किया। जे हुण सुप्रीम कोर्ट ने ऐसा हुक्म किया या मंगे ने तो उस मैं फिर विशेष तौर पर कहना चाहता खास तौर पर तवज्जो दवाना चाहता कि सिखा फिर मनफी कर दिता जाएगा। मैं तुहानू फिर आगाह कर रहा सिखो वो इस्लाम मुसलमाना के खिलाफ तो ईसाइया के खिलाफ हजूमी कतल आ जाएंगे सामने। जड़े सिखा दे हजूमी कतल ही सी ना जी सिखा के खिलाफ भी लखीमपुर खीरी भी फिर जड़े उसके गवाह मारे गए ने वह भी जड़े जून 84 के हुए वह भी जून 84 जड़े बसा इच ट्रेन इच फौजी वर्दी इच फौजी मारे गए वह भी फिर नवंबर 84 जो कुछ होया वह भी सारे हजूमी कतल से। उस तो इलावा गुजरात इच मध्य प्रदेश इच महाराष्ट्र इच सिकलीगर सिखा नाल जड़े हुए वह सारे हजूमी कतल ने। पर इन्हों फिर तुसी देखोगे कि सुप्रीम कोर्ट न्यायपालिका अपना विशेष ध्यान नहीं देगी। मैं ताई कह रहा कि जिथे न्याय करन दी सिखा दी वारी आती है उत्थे कानून भी अन्याकारी बन जाता है। इस चीज़ की बड़ी तकलीफ है। सिख इस चीज़ की मांग कर रहे ने इस बेगानगी सिख इस देश इच इस देश नू अपना कहिंदे होए भी इस बेगानगी देश तो सह रहे ने देश दे चारों थम्मां तो सह रहे ने। इस देश नू इस गल नू सोचना चाहीदा गंभीरता नाल लैना चाहीदा ते न्यायपालिका नू इस वास्ते विशेष हुक्म करने चाहीदे ने कि सिखा नाल जिहड़ी न्यायपालिका भी अन्याकारी हो जाती है ते कानून की परिभाषा बदल जाती है उस निमित विशेष पेपर तैयार करवाए जाण ते विशेष रिपोर्ट ली जाओ। अज वधेरे अहम खबरां जिहड़ियां सीगियां उह पंजाब तों बाहरलियां सीगियां ते इक खबर होर बड़ी अहम आ जी मैं तुहाडे नोटिस च लिआउणा। एक मल्टी डायमेंशनल पावर्टी इंडैक्स है जी MPI उन्होंने UN दे नाल एक संस्था ऑक्सफोर्ड दी संस्था नूं मिला के एक सर्वे दा उन्होंने रिपोर्ट जारी की। कहिंदे जी पिछले 15 सालां दे विच भारत दे विचों 41.5 करोड़ लोग गरीबी की दलदल चों उभरे ने। इन्नी वड्डी तादाद चों जे गरीबी गरीब लोग बाहर आउंदे ने दलदल चों ते इन्ने क पहिलां होणगे जिहड़े दलदल चों बाहर ने ते इहदा मतलब असीं लगभग 1 अरब दे नेड़े तेड़े तां फिर दलदल चों बाहर ही आ जी। गरीबी तां फिर बहुत घट होणी चाहीदी। दरअसल वह गल्लां ने जिहड़ियां चोणां दे नेड़े अपने हिसाब नाल अंकड़े तैयार करवा ले जांदे ने। हुण मैं इन्हां अंकड़ियां दे संदर्भ विच ही भारत दे लोकां नाल भी बहुसंख्यक लोकां नाल भी ते भाजपा नाल भी ते RSS नाल भी गल करना चाहुंदा। पिछले दिनां विच मोदी साहब ने यह कहा कि 80 लख पापूलेशन नूं 80 लख मैं कह रहा कि 80% पापूलेशन नूं फ्री अनाज वंडिया गया। प्रधानमंत्री जी का बयान है ते जे 80% पापूलेशन नूं फ्री अनाज वंडिया गया उसका उन्होंने आर्गूमेंट दिता कि भाई उन्होंने कोल काम नहीं सी उन्होंने कोल रुजगार नहीं सी खाण नूं कुछ भी नहीं सी। ते फिर अपने आप ही ही प्रधानमंत्री जी दे उस बयान दे अगे जिहड़ी आ रिपोर्ट हैगी है यह तां बोनी साबत हो गई ते प्रधानमंत्री ने खुद ही इसनूं रद्द कर दिता उस बयान दे तहत। पर नहीं हुण भाजपा इस रिपोर्ट का इस्तेमाल करेगी कि देखो जी पिछले 10 सालों च असी भाजपा ने यह काम करके रख दिता ते भारत का वोटर अनपढ़ वोटर है अपना मुफ्तखोरी का भिखमंगा वोटर बना लिया गया है। फिर इन्हां सच्चाइयां नूं भुल जांदा ते फिर आईओ जी तलिस्मी दुनिया च उडारियां मारन लग जांदा ते फिर वरगला लिया जांदा इस नूं धर्म की संकीर्णता च पोलराइजेशन कर लिया जांदा ते फिर वह हिंदू राष्ट्र बनाने वास्ते उतावला हो जांदा। सच्चाई है जे कि जे भारत सरकार दे आर्थिक अंकड़े लईए प्रधानमंत्री का जे बयान लईए ते भारत सरकार दे आर्थिक अंकड़े ते भारत सरकार दे प्रधानमंत्री का बयान इन्हां अंकड़ियां नूं झूठा साबित पहला ही कर चुका है इन्हां दीआं धज्जियां उड़ा चुका है ते इस नाल अंतरराष्ट्रीय संस्था भी अपना
ਨਿਆਰ ਅਤੇ ਆਪਣਾ ਮਾਣ ਤੇ ਭਰੋਸੇਯੋਗਤਾ ਗਵਾ ਗਈ ਹੈ, ਖਤਮ ਕਰ ਗਈ ਹੈ ਜੀ। ਸਤਿੰਦਰਪਾਲ ਸਿੰਘ ਜੀ, ਜਿਹੜਾ ਪੰਜਾਬ ਵੱਲ ਨੂੰ ਆ ਜਾਂਦੇ ਹਾਂ, ਇੱਥੋਂ ਦੀਆਂ ਖਬਰਾਂ ਆਮ ਤੌਰ 'ਤੇ ਸੀਐਮ ਸਾਹਿਬ ਅਤੇ ਰਾਜਪਾਲ ਸਾਹਿਬ ਦੀ ਆਪਸ ਦੇ ਵਿੱਚ ਨਹੀਂ ਵਿਚਾਰ ਮਿਲਦੇ। ਬਹੁਤ ਸਵਾਰੀ ਉਹਨਾਂ ਨੇ ਕਿਹਾ ਸਾਡੀਆਂ ਚਿੱਠੀਆਂ ਦਾ ਮੁੱਖ ਮੰਤਰੀ ਜਵਾਬ ਨਹੀਂ ਦਿੰਦੇ, ਪਰ ਹੁਣ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਪਾਈ ਹੈ ਜੀ ਆਪਣਾ ਭਗਵੰਤ ਮਾਨ ਉਹਨਾਂ ਨੇ ਪੁਰੋਹਿਤ ਜੀ ਨੂੰ। ਉਹਨਾਂ ਕਿਹਾ ਜੀ ਸਾਨੂੰ ਚੰਡੀਗੜ੍ਹ ਦੇ ਵਿੱਚ ਕਿਸੇ ਢੁੱਕਵੀਂ ਥਾਂ 'ਤੇ ਪਲਾਟ ਦੇ ਦਿਓ, ਸਾਡੀ ਪਾਰਟੀ ਜਿਹੜੀ ਹੈ ਹੁਣ ਨੈਸ਼ਨਲ ਪਾਰਟੀ ਬਣ ਗਈ, ਸਾਡੇ ਕੋਲ ਪਲਾਟ ਹੈ ਨਹੀਂ। ਜਦੋਂ ਇਸ ਚਿੱਠੀ ਦਾ ਅੱਗੋਂ ਪੁਰੋਹਿਤ ਸਾਹਿਬ ਕੀ ਇਲਾਜ ਕਿਵੇਂ ਜਵਾਬ ਦੇ ਸਕਦੇ ਨੇ? ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਚੰਡੀਗੜ੍ਹ ਵਿੱਚ ਦਫ਼ਤਰ ਬਣਾਉਣ ਲਈ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸੀ ਪਹਿਲਾਂ, ਉਹਨਾਂ ਦਾ ਇੱਕ ਕ੍ਰਾਈਟੇਰੀਆ ਸੀ, ਉਸ ਕ੍ਰਾਈਟੇਰੀਆ ਦੇ ਤਹਿਤ ਹੀ ਯੂਟੀ 'ਚ ਜ਼ਮੀਨ ਅਲਾਟ ਹੁੰਦੀ ਹੈ ਅਤੇ ਯੂਟੀ ਪ੍ਰਸ਼ਾਸਨ ਨੂੰ ਜ਼ਮੀਨ ਅਲਾਟ ਕਰਦਾ ਹੈ। ਭਗਵੰਤ ਮਾਨ ਜੀ ਦਾ ਪੋਲੀਟੀਕਲ ਪਾਰਟੀ ਦੇ ਤੌਰ 'ਤੇ ਤਾਂ ਦਾਅਵਾ ਠੀਕ ਹੈ, ਪਰ ਉਸ ਵਿੱਚ ਹਾਲੇ ਭਗਵੰਤ ਮਾਨ ਦੀ ਪਾਰਟੀ ਜੁੰਮਾ 2 ਸਾਲ ਦੀ ਪਾਰਟੀ ਹੈ ਜਿਹੜੀ ਪੰਜਾਬ ਵਿੱਚ ਬਹੁਮਤੀ 'ਚ ਆਈ ਹੈ, ਅਤੇ ਭਗਵੰਤ ਮਾਨ ਦੀ ਪਾਰਟੀ ਤੋਂ ਪੁਰਾਣੀਆਂ ਪਾਰਟੀਆਂ ਵੀ ਬੈਠੀਆਂ ਨੇ, ਬਹੁਮਤੀ 'ਚ ਆਉਣਾ ਜਾਂ ਨਾ ਆਉਣਾ ਮੁੱਦਾ ਨਹੀਂ ਰੱਖਦਾ, ਮੁੱਦਾ ਰੱਖਦਾ ਕਿ ਕਿਹੜੀ ਪਾਰਟੀ ਕਿੰਨੀ ਪੁਰਾਣੀ ਹੈ, ਉਸਦਾ ਜਾਨਾਦਾਰ ਕਿੰਨਾ ਹੈ, ਕਿੰਨੇ ਸਾਲਾਂ ਤੋਂ ਹੈ। ਅਤੇ ਜੇ ਦੇਖਿਆ ਜਾਏ ਤਾਂ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦਾ ਹਲੇ ਜਾਨਾਦਾਰ 10 ਸਾਲ ਪੁਰਾਣਾ ਨਹੀਂ ਹੋਇਆ, ਅਤੇ ਜਦ ਤੱਕ ਇਹਨਾਂ ਦਾ ਜਾਨਾਦਾਰ ਲੀਗਲ ਤੌਰ 'ਤੇ ਮੈਨੂੰ ਨਹੀਂ ਪਤਾ ਉਹ 10 ਸਾਲ ਚਾਹੀਦਾ, 20 ਸਾਲ ਚਾਹੀਦਾ, 5 ਸਾਲ ਚਾਹੀਦਾ, ਪਰ ਮੈਂ ਇੱਕ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਜਦ ਤੱਕ ਜਾਨਾਦਾਰ ਦਾ ਇੱਕ ਪੂਰਾ ਡੇਟਾ ਨਹੀਂ ਆਉਂਦਾ ਔਰ ਉਸ 'ਤੇ ਵਿਸ਼ਵਾਸ ਨਹੀਂ ਬੈਠਦਾ ਸਰਕਾਰਾਂ ਨੂੰ ਕਿ ਬਈ ਆਹ ਪਾਰਟੀ ਪੱਕੀ ਪਾਰਟੀ ਆ, ਉਦੋਂ ਤੱਕ ਸਰਕਾਰੀ ਖਾਤੇ ਵਿੱਚੋਂ ਜ਼ਮੀਨ ਅਲਾਟ ਨਹੀਂ ਹੋ ਸਕਦੀ, ਪਹਿਲੀ ਗੱਲ। ਦੂਸਰੀ ਗੱਲ ਹੈਗੀ ਆ ਕਿ ਜੇ ਭਗਵੰਤ ਮਾਨ ਜੀ ਨੇ ਆਪਣਾ ਦਫ਼ਤਰ ਬਣਾਉਣਾ ਹੀ ਹੈ, ਉਹਨਾਂ ਦੇ 92 MLA ਨੇ, 7 MP ਨੇ, ਕੈਬਿਨੇਟ ਹੈ ਦਿੱਲੀ 'ਚ, ਉਹਨਾਂ ਦੀ ਕੈਬਿਨੇਟ ਹੈ, ਅਤੇ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਜਿਵੇਂ ਹੋਰ ਪਾਰਟੀਆਂ ਨੇ, ਜਿਵੇਂ ਕਾਂਗਰਸ ਪਾਰਟੀ ਨੇ, ਕਮਿਊਨਿਸਟ ਪਾਰਟੀ ਨੇ ਆਪਣੇ ਵਾਸਤੇ ਦਫ਼ਤਰ ਬਣਾਉਣ ਵਾਸਤੇ ਜ਼ਿਲ੍ਹਿਆਂ 'ਚ ਜ਼ਮੀਨਾਂ ਖਰੀਦ ਕੇ ਆਪੋ ਆਪਣੇ ਦਫ਼ਤਰ ਬਣਾ ਲਏ ਨੇ, ਅਤੇ ਇੱਕ ਬੜਾ ਸੌਖਾ ਜਿਹਾ ਢੰਗ ਹੁੰਦਾ ਹੈ ਤਾਂ ਕਿ ਆਪਣੇ ਸਾਰੇ MP ਅਤੇ MLA ਨੂੰ ਕਹਿਣ ਕਿ ਜੀ ਇੱਕ ਇੱਕ ਮਹੀਨੇ ਦੀ DATA ਅਤੇ ਤਨਖਾਹ ਪਾਰਟੀ ਦਾ ਫਲਾਣੀ ਥਾਂ 'ਤੇ ਦਫ਼ਤਰ ਬਣਾਉਣ ਵਾਸਤੇ, ਜ਼ਮੀਨ ਖਰੀਦਣ ਵਾਸਤੇ ਦਿਓ, ਅਤੇ ਮੰਤਰੀ ਵੀ ਦੇਣ। ਕੇਜਰੀਵਾਲ ਸਾਹਿਬ ਪੰਜਾਬ ਤੋਂ ਤਾਂ ਸਾਰਾ ਕੁਛ ਲਈ ਜਾ ਰਹੇ ਨੇ, ਪੰਜਾਬ ਨੂੰ ਕੁਛ ਦੇ ਵੀ ਦੇਣ, ਆਪਣੀ ਪਾਰਟੀ ਨੂੰ ਹੀ ਦੇ ਦੇਣ, ਉਹਦੇ ਝੂਟੇ ਵੀ ਪੰਜਾਬ ਸਰਕਾਰ ਦੇ ਖਰਚੇ 'ਤੇ ਲੈ ਰਹੇ ਨੇ ਜਹਾਜ਼ਾਂ 'ਚ, ਅਤੇ ਇਸ ਪਾਸੇ ਭਗਵੰਤ ਮਾਨ ਨੂੰ ਪਹਿਲਾਂ ਤੁਰਨਾ ਚਾਹੀਦਾ। ਹੋਰ ਸਰਕਾਰੀ ਖਜ਼ਾਨੇ 'ਚੋਂ ਮੁਫ਼ਤਖੋਰੀ ਕਰਨ ਨੂੰ ਭਗਵੰਤ ਮਾਨ ਵੀ ਤੁਰ ਪਿਆ ਬਈ ਚੰਡੀਗੜ੍ਹ 'ਚ ਸਾਨੂੰ ਜ਼ਮੀਨ ਮੁਫ਼ਤ 'ਚ ਅਲਾਟ ਕਰ ਦਿਓ, ਅਤੇ ਆ ਮੁਫ਼ਤਖੋਰੀਆਂ ਵਾਲੇ ਪਾਸੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਰਾਜਨੀਤਿਕ ਪਾਰਟੀਆਂ ਦੀ ਮੁਫ਼ਤਖੋਰੀ ਬੰਦ ਕਰਾਂਗੇ, ਅਤੇ ਉਹ ਬੰਦ ਕਰਨ ਦੀ ਬਜਾਏ ਆਪ ਠੂਠਾ ਲੈ ਕੇ ਖੜਾ ਹੋ ਗਿਆ, ਮੈਂ ਇਸ ਦੀ ਨਿਖੇਧੀ ਕਰਦਾ, ਇਹ ਕੰਮ ਨਹੀਂ ਹੋਣਾ ਚਾਹੀਦਾ। ਕੁਝ ਮੁਲਾਜ਼ਮ ਯੂਨੀਅਨ ਨੇ ਵੀ ਇਸ ਗੱਲ ਦਾ ਵਿਰੋਧ ਪ੍ਰਗਟ ਕੀਤਾ ਜੀ, ਮੈਂ ਇਹ ਸਵਾਲ ਵੱਖਰਾ ਉਹਦੇ ਤੋਂ, ਕਿ ਉਹ ਕਹਿੰਦੇ ਜੀ ਕਿ ਆਊਟਸੋਰਸਿਸ ਮੁਲਾਜ਼ਮਾਂ ਨਾਲ ਬਹੁਤ ਆਊਟਸੋਰਸਿਸ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆਂ ਕਰਨ ਨੂੰ ਲੈ ਕੇ ਵਾਅਦਾ ਕਰਕੇ ਇਹ ਆਮ ਆਦਮੀ ਪਾਰਟੀ ਹੁਕਮਰਾਨ ਹੋਈ ਸੀ, ਪਰ ਹੁਣ ਕੀ ਹੋ ਰਿਹਾ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਹਾਲੇ ਵੀ ਕੱਚੇ ਨੇ, ਅਤੇ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਉਹਨਾਂ ਨੂੰ ਠੇਕੇ 'ਤੇ ਲੈ ਕੇ ਕੰਮਾਂ 'ਤੇ ਲਾਇਆ ਜਾ ਰਿਹਾ। ਤੁਹਾਨੂੰ ਲੱਗਦਾ ਫਿਰ ਉੱਤੋਂ ਹਾਥੀ ਦੇ ਦੰਦ ਵਿਖਾਉਣ ਨੂੰ ਹੋਰ ਨੇ ਤਾਂ ਖਾਣ ਨੂੰ ਹੋਰ ਨੇ? 100% ਜੀ, ਆਮ ਆਦਮੀ ਪਾਰਟੀ ਜਿਹੜਾ ਬਦਲਾਅ ਲਿਆ ਰਹੀ ਸੀ, ਆ ਬਦਲਾਅ ਦਾ ਤਵੇ ਦੇ ਪੁੱਠੇ ਪਾਸੇ ਵਾਲਾ ਕਾਲਖੀ ਬਦਲਾਅ ਵਾਲਾ ਚਿਹਰਾ ਸਾਹਮਣੇ ਆਇਆ ਹਰ ਪਾਸੇ ਤੋਂ। ਰਿਟਾਇਰਡ ਪਟਵਾਰੀ ਇਹਨਾਂ ਨੇ ਠੇਕੇ 'ਤੇ ਭਰਤੀ ਕਰ ਲਏ, ਕਾਨੂੰਨ ਨੂੰ ਇਹਨਾਂ ਨੇ ਠੇਕੇ 'ਤੇ ਭਰਤੀ ਕਰ ਲਏ, ਆਪਣਾ ਜਿਹੜੇ ਮਾਲ ਮਹਿਕਮੇ 'ਚ ਹੋਰ ਪੋਸਟਾਂ ਨੇ ਉਹ ਇਹਨਾਂ ਨੇ ਠੇਕੇ 'ਤੇ ਭਰਤੀ ਕਰ ਲਈਆਂ, ਟੀਚਰ ਇਹਨਾਂ ਨੇ ਠੇਕੇ 'ਤੇ ਭਰਤੀ ਕਰ ਲਏ, ਹੁਣ ਇਸ ਪਾਸੇ ਵੀ
मैनेजिंग डायरेक्टर भी है मैनेजर भी है ठेके से भर्ती कर जा रहे ने 150 ते आ जेड़े पक्ष हैगा इन्हां दा बदला दा कालख वाला पक्ष हैगा ਇਹ ਰੋਜ਼ਗਾਰ ਖੋਣ ਵਾਲਾ ਪੱਖ ਹੈ ਰੋਜ਼ਗਾਰ ਦੇਣ ਵਾਲਾ ਪੱਖ ਨਹੀਂ ਹੈ ਇਹਨਾਂ ਨੇ ਜਿੰਨਾ ਵੀ ਰੋਜ਼ਗਾਰ ਦਿੱਤਾ ਉਹ ਸਾਰਾ ਹੀ ਗੈਰ ਪੰਜਾਬੀਆਂ ਨੂੰ ਦਿੱਤਾ ਹੈ ਅਤੇ ਇਸ ਢੰਗ ਨਾਲ ਵੀ ਹੈ ਗੈਰ ਪੰਜਾਬੀਆਂ ਨੂੰ ਹੀ ਠੇਕੇ 'ਤੇ ਭਰਤੀ ਕਰਨ ਦਾ ਨਵਾਂ ਤਰੀਕਾ ਅਤੇ ਨਵਾਂ ਰਾਹ ਲੱਭ ਚੁੱਕੇ ਨੇ ਇਸ ਦੀ ਵੱਧ ਤੋਂ ਵੱਧ ਨਿਖੇਧੀ ਹੋਣੀ ਚਾਹੀਦੀ ਹੈ ਮੈਂ ਤਾਂ ਪੰਜਾਬ ਦੇ ਟੀ ਵੀ ਚੈਨਲਾਂ ਨੂੰ ਸੋਸ਼ਲ ਮੀਡੀਆ ਨੂੰ ਪ੍ਰਾਈਵੇਟ ਯੂਟਿਊਬ ਚੈਨਲਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਟੀ ਆਰ ਪੀ ਤੋਂ ਪਾਸੇ ਹਟੋ ਬੜੇ ਵੱਡੇ ਵੱਡੇ ਚੈਨਲ ਨੇ ਰੋਜ਼ ਆ ਕੇ ਇੱਥੇ ਪਟਿਆਲੇ ਵੀ ਖੜ੍ਹੇ ਹੋ ਰਹੇ ਨੇ ਦੇਖੋ ਜੀ ਅਸੀਂ 2 ਦਿਨ ਪਹਿਲਾਂ ਗਿਆ ਸੀ ਆ ਪੁੱਲ ਧੱਸ ਜਾਏਗਾ ਤੁਸੀਂ ਮੇਰੀ ਮੰਨੀ ਨਹੀਂ ਹੁਣ ਪੁੱਲ ਧੱਸ ਗਿਆ ਉਹ ਭਾਈ ਸਾਰਿਆਂ ਦੀ ਮੰਨ ਲਈ ਸਾਰਿਆਂ ਦੀ ਹੋ ਗਈ ਤੁਸੀਂ ਪੰਜਾਬ ਦੇ ਹਿੱਤਾਂ ਦੀ ਟੀ ਆਰ ਪੀ ਨੂੰ ਛੱਡੋ ਪੰਜਾਬ ਦੀ ਗੱਲ ਕਰਨੀ ਸ਼ੁਰੂ ਕਰੋ ਅਤੇ ਪੰਜਾਬ ਦੇ ਹਿੱਤ ਇਹਦੇ ਵਿੱਚ ਜੇ ਜਿਹੜਾ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੜਾ ਲਿਆ ਲਿਆ ਕੇ ਪੰਜਾਬ ਨੂੰ ਇਸ ਦੀ ਗੱਲ ਕਰੋ ਇਸ ਦਾ ਨੰਗੇਜ ਪਾੜ ਕੇ ਬਾਹਰ ਸੁੱਟੋ ਮੁਲਾਜ਼ਮਾਂ ਦਾ ਨੰਗੇਜ ਪਾੜ ਕੇ ਜਿਹੜੀ ਮੁਲਾਜ਼ਮਤ ਦੇ ਤਹਿਤ ਪੰਜਾਬ ਤੋਂ ਬਾਹਰੋਂ ਮੁਲਾਜ਼ਮ ਲਿਆ ਲਿਆ ਕੇ ਪੰਜਾਬ ਸਰਕਾਰ ਚਲਾਈ ਜਾ ਰਹੀ ਹੈ ਉਹਦਾ ਨੰਗੇਜ ਪਾੜ ਕੇ ਸੁੱਟੋ ਸਭ ਤੋਂ ਵੱਡੀ ਗੱਲ ਹੈਗੀ ਹੈ ਇੱਕ ਸਰਵੇ ਕਰਵਾਓ ਪੂਰੇ ਜ਼ਿਲ੍ਹੇ 'ਚ ਤੁਸੀਂ ਫੈਲੇ ਹੋਏ ਹੋ ਜਿੰਨੇ ਵੱਡੇ ਚੈਨਲ ਨੇ ਵੱਡੀਆਂ ਅਖਬਾਰਾਂ ਨੇ ਇਹਨਾਂ ਦੇ ਪਿੰਡ ਪੱਧਰ ਤੱਕ ਨਾਮਾ ਨਿਗਾਰ ਨੇ ਜਰਾ ਇੱਕ ਲਿਸਟ ਬਣਵਾਓ ਕਿ ਪੰਜਾਬ ਵਿੱਚ ਕਿੰਨੇ ਐਸ ਡੀ ਐਮ ਕਿੰਨੇ ਡੀ ਡੀ ਪੀ ਓ ਕਿੰਨੇ ਡੀ ਪੀ ਓ ਬੀ ਡੀ ਓ ਕਿੰਨੇ ਆਈ ਏ ਐੱਸ ਅਧਿਕਾਰੀ ਕਿੰਨੇ ਆਈ ਪੀ ਐੱਸ ਅਧਿਕਾਰੀ ਕਿੰਨੇ ਡੀ ਸੀ ਕਿੰਨੇ ਐੱਸ ਐੱਸ ਪੀ ਕਿੰਨੇ ਐੱਸ ਡੀ ਐਮ ਕਿੰਨੇ ਏ ਡੀ ਸੀ ਪੰਜਾਬ ਤੋਂ ਬਾਹਰਲੇ ਨੇ ਗੈਰ ਪੰਜਾਬੀ ਨੇ ਉਹਨਾਂ ਦੀ ਇੱਕ ਲਿਸਟ ਬਣਵਾਓ ਅਤੇ ਤੁਹਾਡੇ ਹੋਸ਼ ਉੱਡ ਜਾਣਗੇ 80% ਗੈਰ ਪੰਜਾਬੀ ਪੰਜਾਬ ਵਿੱਚ ਰਾਜ ਕਰਨ ਆ ਗਏ ਜੇ ਅਤੇ ਇਸੇ ਨੂੰ ਕਹਿੰਦੇ ਨੇ ਕਿ ਪ੍ਰਵਾਸੀਆਂ ਦਾ ਰਾਜ ਪੰਜਾਬ ਵਿੱਚ ਸਥਾਪਿਤ ਹੋ ਗਿਆ ਅਤੇ ਆਮ ਆਦਮੀ ਪਾਰਟੀ ਵੀ ਤਾਂ ਪ੍ਰਵਾਸੀਆਂ ਦੀ ਹੀ ਰਾਜ ਦੀ ਇੱਕ ਪ੍ਰਤੀਕ ਹੈਗੀ ਹੈ ਦਿੱਲੀ ਵਾਲਿਆਂ ਦਾ ਰਾਜ ਚੱਲ ਰਿਹਾ ਇੱਥੇ ਅਤੇ ਇਸ ਚੀਜ਼ ਦਾ ਕਰੜਾ ਸਖ਼ਤ ਲੋਕਾਈ ਵੱਲੋਂ ਵਿਰੋਧ ਹੋਣਾ ਚਾਹੀਦਾ ਇਕੱਲਾ ਮੁਲਾਜ਼ਮਾਂ ਵੱਲੋਂ ਨਹੀਂ ਮੁਲਾਜ਼ਮਤ ਦਾ ਸਾਥ ਲੋਕਾਈ ਨੂੰ ਵੀ ਦੇਣਾ ਚਾਹੀਦਾ ਕਿਸਾਨਾਂ ਨੂੰ ਵੀ ਦੇਣਾ ਚਾਹੀਦਾ ਵਪਾਰੀਆਂ ਨੂੰ ਵੀ ਦੇਣਾ ਚਾਹੀਦਾ ਬਿਲਕੁਲ ਸਰਦਾਰ ਤਿੰਦਰਪਾਲ ਸਿੰਘ ਜੀ ਜਿਵੇਂ ਤੁਸੀਂ ਮਾਨ ਸਰਕਾਰ ਦੀ ਇਸ਼ਤਿਹਾਰਬਾਜ਼ੀ ਦੇ ਓਹਲੇ ਵਿੱਚ ਜੋ ਕੁਝ ਲੁਕਿਆ ਛਿਪਿਆ ਸੀਗਾ ਜੋ ਉਹ ਪੱਖ ਸੀ ਜਿਹੜਾ ਕਾਲਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਸੀ ਆਉਂਦਾ ਉਹ ਤੁਸੀਂ ਸਾਡੇ ਸਾਹਮਣੇ ਲਿਆਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਭਲ ਕੇ ਫਿਰ ਤੁਹਾਡੇ ਕੋਲ ਸਮਾਂ ਲਵਾਂਗੇ ਅਤੇ ਆਪਣੇ ਸੂਰ ਦਰਸ਼ਕਾਂ ਦੇ ਦਰਸ਼ਨ ਕਰਾਂਗੇ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।